जी माशाल्लाह खूबसूरत जानवर इंतहा तो ज्यादा जानवर तानू असीं दिखा देने आ। भाई कोल दो जानवर ने, एक ओ बछेरी एक आ घोड़ी। जनाब थोड़ी धुप वाली साइड ते इधर आओ ना, इधर खूबसूरत बिलकुल ठीक व्यू आंदा। थोड़ी दूर तुहानू चेक करवा दीए, माशाल्लाह खूबसूरत जी। बाकी पहले जानवर तुहानू तसल्ली नाल चेक करवावांगे, जानवर का मूह मत्था चेक करवावांगे, अखां चेक करवावांगे, लत्तां चेक करवावांगे, पछाड़ी कान, ते बाद च मालक को डिटेल लैने कि जानवर जिहड़ा किन्नी उम्र दा किन्नी कीमत दा ते कैड़ी जगह तो आए ने। ते आ जनाब जानवर का मूह मत्था चेक करो, माशाल्लाह जी खूबसूरत। आ जानवर नूं साइड पोस्ट अगर मैं चेक करवांदा जावां ते माशाल्लाह दोहरी बाडी, माशाल्लाह पुट्ठा चेक करो जी घोड़ी का रंग दा नुकरा सावा। आज कस्टमर आ गए ते बाकी डिटेल उन्हां को ले लेने। असीं उन्नी देर तुहानूं दूसरा जानवर जिहड़ा इन्हां दा ओह दिखा दईए। चेक करो जानवर शेरी का मूह मत्था भी चेक करवा, तुहानूं बैक साइड तो दिखा दईए। ਮਾਸ਼ਾਅੱਲਾ ਖੂਬਸੂਰਤ ਖੋਲ ਕੇ ਵੀ ਤੁਹਾਨੂੰ ਚੈੱਕ ਕਰਵਾਉਂਦੇ ਹਾਂ। ਉਹਨਾਂ ਕੋਲ ਕਸਟਮਰ ਆ ਗਏ ਸਨ ਇਸ ਵਜ੍ਹਾ ਤੋਂ ਥੋੜ੍ਹੀ ਜਿਹੀ ਦੇਰ ਸਿਰਫ ਜੀ ਅੱਗੇ ਅਸੀਂ ਵੀਡੀਓ ਅਸੀਂ ਇਹਦੀ ਸ਼ੂਟ ਕਰ ਲਈ ਸੀ ਵਿੱਚ ਕਸਟਮਰ ਆ ਗਏ ਸਨ ਤੇ ਅਸੀਂ ਡਿਟੇਲ ਨਹੀਂ ਲੈ ਸਕੇ ਬਾਈ ਕੋਲੋਂ। ਬਾਈ ਆਪਣਾ ਇਲਾਕਾ ਕਿਹੜਾ? ਸਾਹੀਵਾਲ ਮਿੰਟਕੁਮਰੀ। ਮਿੰਟਕੁਮਰੀ ਨਾਮ ਕੀ ਆਪਣਾ? ਮੁਹੰਮਦ ਹਰੂਨ ਹੈ ਜੀ ਮੇਰਾ। ਮੁਹੰਮਦ ਹਰੂਨ ਇਹਨਾਂ ਦਾ ਨਾਮ ਹੈ ਤੇ ਜੀ ਜਾਨਵਰ ਦੀ ਡਿਟੇਲ ਨਹੀਂ ਸੀ ਲੈ ਸਕੇ। ਅੱਛਾ ਬਈ ਇਹਦੀ ਉਮਰ ਕਿੰਨੀ? ਉਮਰ ਇਹਦੀ 5 ਸਾਲ ਹੈ ਜੀ। 5 ਸਾਲ ਲੱਗੇ ਗੱਬਨ ਹੈ ਘੋੜੀ? ਹਾਂਜੀ। ਕਿੰਨੇ ਮਾਂ ਦੇ? 2 ਮਹੀਨਿਆਂ ਦੇ। ਪਹਿਲੇ ਤਾਂ ਨਹੀਂ ਨਾ ਸੂਆ ਕੁਛ ਹੋਈ? ਸੂਈ ਹੋਈ ਹੈ। ਪਹਿਲੇ ਵੀ ਸੂਆ ਸੂਈ ਦਿੱਤੇ? ਪਹਿਲੇ 2 ਸੂਏ ਸੂਈ ਨੇ, ਅੱਗੇ ਤੀਸਰਾ ਸੂਏ ਵਾਸਤੇ ਗੱਬਨ ਨੇ ਕਿੰਨੇ ਮਹੀਨਿਆਂ ਦੀ? 2 ਮਹੀਨਿਆਂ। 2 ਮਾਂ ਦੀ ਤਸੱਲੀ ਇਸ ਚੀਜ਼ ਦੀ? ਇਨਸ਼ਾਅੱਲਾ ਜੀ, ਜਿਹੜਾ ਭਾਈ ਲੈਣਾ ਜਾਵੇ ਅਲਟਰਾਸਾਊਂਡ ਕਰਾ ਕੇ ਦੇਵਾਂਗੇ। ਠੀਕ ਹੈ ਜਨਾਬ, ਉਹ ਉਹਨਾਂ ਦੇ ਨਾਲ ਤੁਸੀਂ ਗੱਲ ਸੁਣ ਲਈਏ, ਦੋਸਤਾਂ ਨੇ ਅਲਟਰਾਸਾਊਂਡ ਕਰਵਾ ਕੇ ਦਾਂਗੇ। ਉਹ ਬਛੇਰੀ ਵੀ ਇਹਦੀ ਹੈ? ਨਹੀਂ ਨਹੀਂ ਬਛੇਰੀ ਨਹੀਂ। ਅੱਛਾ ਬੋਲਦੀ ਪਈ ਸੀ ਨਾ। ਅੱਛਾ ਆਹ ਦੱਸੋ ਕਿ ਇਹਦੀ ਕੀਮਤ ਕੀ ਤੁਸੀਂ ਲਵੋਗੇ? ਇਹਦੀ ਮੁੱਲ ਤੇ ਭਾਈ ਜਾਨ 2,20,000 ਰੁਪਏ ਦਾ। ਜੀ ਜੀ ਠੀਕ ਹੈ ਜੀ ਜੀ, 2,00,000 ਦੀ ਫਾਈਨਲ ਦੇ ਦਿਆਂਗੇ ਭਾਈ, ਜਿਹੜਾ ਭਾਈ ਲੈਣਾ ਚਾਹੇ। 2,20,000 ਇਹਦਾ ਮੁੱਲ ਕਰਦੇ ਨੇ। ਕੋਲ ਅੱਗੋਂ ਪਿੱਛੋਂ ਵੀਡੀਓ ਤੇ ਵੀਡੀਓ ਹੀ ਤਸੱਲੀ ਨਾਲ ਇਹਦੀ ਬਣਾਈ ਹੈ, ਮਜ਼ੀਦ ਤਸੱਲੀ ਨਾਲ ਬਣਾਵਾਂਗੇ। ਤੇ ਮਾਸ਼ਾਅੱਲਾ ਖੂਬਸੂਰਤ 2,00,000 ਦੀ ਘੋੜੀਆਂ ਦੇ ਅਸੀਂ ਦੇ ਦੇਵਾਂਗੇ, 2,20,000 ਇਹਦੀ ਡਿਮਾਂਡ ਕਰਦੇ ਆ। ਇਸ ਲਈ ਇਹਨਾਂ ਕੋਲ ਬਛੇਰੀ ਉਹਦੀ ਵੀਡੀਓ ਅਲੱਗਾ ਬਣਾ ਲੈਂਦੇ ਆ ਜੀ। ਬਈ ਆਪਣਾ ਫੋਨ ਨੰਬਰ ਤੇ ਦੇ ਦੇਣਾ, 0306-6062-6290 ਜੀ ਜੀ। WhatsApp ਵੀ ਇਸੇ ਤੇ? WhatsApp 0315-6647-575 ਜੀ। WhatsApp ਨੰਬਰ ਵੀ, ਦੂਸਰਾ ਨੰਬਰ ਵੀ ਤੁਹਾਨੂੰ ਲੈ ਕੇ ਦੇ ਦਿੱਤਾ, ਅਗਰ ਕਿਸੇ ਭਾਈ ਨੂੰ ਜਾਨਵਰ ਪਸੰਦ ਆਏ ਰਾਬਤਾ ਕਰਕੇ ਲੈ ਸਕਦੇ ਨੇ। ਇੱਕ ਹੋਰ ਨੁਕਰੀ ਘੋੜੀ ਭਾਈ ਹਰਾਂ ਕੋਲ, ਥੋੜੀ ਤੋਰੋ ਨਾ ਮੇਰਾ ਵੀਰ, ਅਸੀਂ ਇੱਥੇ ਘੁਮਾ ਲਾ ਭਾਵੇਂ। ਆ ਜਨਾਬ ਤੋਰ ਕੇ ਚੈੱਕ ਕਰਵਾ ਦਿੱਤੀ ਤੁਹਾਨੂੰ, ਉਸ ਤੋਂ ਬਾਅਦ ਅਸੀਂ ਮੂੰਹ ਮੱਥਾ ਚੈੱਕ ਕਰਵਾਉਂਦੇ ਹਾਂ, ਪੜਨਾ ਬੜਾ ਮੱਥਾ ਚੈੱਕ ਕਰਵਾ ਦਿੱਤਾ। ਅੱਖਾਂ ਦੋਨੇ ਘੋੜੀ ਦੀਆਂ, ਰੰਗ ਰੂਪ ਪੈਰ, ਦੋਸਤਾਂ ਦੀ ਡਿਮਾਂਡ ਤੇ ਜਨਾਬ ਦਾ ਪੈਰ ਹੋ ਗਏ, ਘੋੜੀ ਦਾ ਪੁੱਠਾ। ਹੁਣ ਅਸੀਂ ਮਾਲਕ ਕੋਲ ਪੁੱਛ ਲੈਂਦੇ ਹਾਂ ਘੋੜੀ ਦੀ ਡਿਟੇਲ। ਵੀਰ ਵਪਾਰ ਦੀ ਆ ਘਰ ਦੀ ਆ? ਭਜਨ ਘਰ ਦੀ ਆ, ਘਰ ਦੀ ਆ। ਤੇ ਕਿਹੜੀ ਜਗ੍ਹਾ ਤੋਂ ਆਇਓ ਮੇਰਾ ਵੀਰ? ਭਜਨ ਅਸੀਂ ਨਵੇਂ ਲਰੋ ਆਏ। ਨਵੇਂ ਲਰੋ ਆਏ ਹੋ, ਤੇ ਕਿੰਨੀ ਉਮਰ ਹੈ ਘੋੜੀ ਦੀ? ਘੋੜੀ ਨਵੇਂ ਦਵਾਕ ਲੱਗੀ। ਨਵਾਂ ਦਵਾਕ ਲੱਗੀ, ਸਵਾਰੀ ਸੁਰੀ ਕਰਾਉਂਦੀ ਕਿ ਨਹੀਂ? ਜੀ ਚੜੇ ਬੱਚੇ ਬੱਚੇ ਹਲੇ ਚੜੇ ਨੇ। ਠੀਕ ਹੋ ਗਿਆ। ਕੀ ਡਿਮਾਂਡ ਕਰਦੇ ਪਏ ਘੋੜੀ ਦੀ? ਡਿਮਾਂਡ 1,30,000। 1,30,000। ਆਪਣਾ ਨਾਮ ਕੀ ਦੱਸਿਆ ਸੀ? ਬਾਬਰ। ਬਾਬਰ ਭਾਈ ਫੋਨ ਨੰਬਰ ਦੇ ਦਿਓ ਆਪਣਾ।
ਜਿਹਦੇ ਤੇ WhatsApp ਵੀ ਬਣੀ ਉਹ ਵਾਲਾ ਦੇਣਾ 0303 92 58 780 ਬਾਬਰ ਭਾਈ ਕੋਲ ਘੋੜੀ ਆ ਆ ਕਰੀਬ ਹੀ ਨਵਾਂ ਲਾਹੌਰ ਆ ਇਸ ਮੰਡੀ ਤੋਂ ਉੱਥੋਂ ਆਏ ਨੇ ਅੱਲਾ ਕਰੇ ਇਹਨਾਂ ਦੀ ਇੱਥੇ ਹੀ ਸੇਲ ਹੋ ਜੇ ਬਾਕੀ ਅਗਰ ਸੇਲ ਨਹੀਂ ਹੁੰਦੀ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਦੋਸਤਾਂ ਨੂੰ WhatsApp ਬਣੀ ਹੋਈ ਆ ਉੱਥੇ ਰਾਬਤਾ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਘੋੜੀ ਮੌਜੂਦ ਹੈ ਕਿ ਨਹੀਂ ਹੈ ਕਿ ਕਿਸੇ ਭਾਈ ਨੂੰ ਪਸੰਦ ਆ ਜਾਵੇ ਤੇ ਇਸ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਇਨਸ਼ਾਅੱਲਾ।